ਬਣਦਾ ਜੀ। ਮੈਂ ਸ਼ਾਮ ਲਾਲ ਵਰਮਾ ਸੇਵਾਦਾਰ ਬਗਲਮੁਖੀ ਮੰਦਰ ਪਰੋੜਿਆ ਬੋਲਾਂ। ਅੱਜ ਮਾਤਾ ਰਾਣੀ ਦੀ ਜਯੰਤੀ ਹੈ। 10 ਸਾਲ ਹੋਈ ਹੈ ਮਾਤਾ ਰਾਣੀ ਦਾ ਮੰਦਰ ਬਣੇ। ਪਿਛਲੇ ਸਾਲ ਵੀ ਬਿਮਾਰੀ ਵਿਆਹ ਕੇ ਨਾਥ ਭੰਡਾਰਾ ਨਹੀਂ ਕਰ ਸਕੇ। ਅੱਜ ਲੋਕਾਂ ਕੋਲੋਂ ਮਾਫੀ ਮੰਗਣੇ ਆ ਵੀ ਲੋਕ ਨਾਰਾਜ਼ ਹੋਣੇ ਵਿੱਚ ਆਪਣੇ ਗੇਟ ਬੰਦ ਕਰ। ਇਸ ਸਾਲ ਵੀ ਅਸੀਂ ਭੰਡਾਰਾ ਨਹੀਂ ਕਰ ਸਕੇ। ਅੱਜ ਅਸੀਂ ਆਪਣੀ ਪੂਰੀ ਫੈਮਿਲੀ ਬਹੀ ਹੈ, ਹਵਨ ਕੀਤਾ, ਮਾਤਾ ਰਾਣੀ ਦੀ ਆਰਾਧਨਾ ਕੀਤੀ ਹੈ। ਮਾਤਾ ਰਾਣੀ ਜਿਹੜੀ ਮਹਾਮਾਰੀ ਬਿਮਾਰੀ ਫੈਲੀ ਦੀ ਹੈ, ਇਸੀ ਕੁਛ ਚੱਲੀ ਖਤਮ ਕਰ। ਦੁਨੀਆ ਸੁਖ ਸ਼ਾਂਤੀ ਕਰਨੇ ਜੀ ਹੈ। ਅਗਲਾ ਸਾਲ ਤੇਰਾ ਭੰਡਾਰਾ ਜ਼ੋਰ ਜਾਲ ਕਰਨੇ ਖਰਚਾ, ਸਾਰੀ ਪਬਲਿਕ ਜੰਮੂ ਵਾਲੇ ਬਲਾਚਾ, ਸਾਡਾ ਵੀ ਮਨ ਖੁਸ਼ ਹੋਇਆ। ਤੰਗ ਹੋਈ ਅਸ ਕੋਈ ਕੰਮ ਕਰਦੇ ਹਾਂ ਤੇ ਮਨ ਨੀ ਫਿਰ ਖੁਸ਼ ਹੁੰਦਾ। ਲੋਕ ਆਵਾਜ਼ ਪਰੇਸ਼ਾਨ ਹੋਏ, ਅਸ ਉਹਨੇ ਅੰਦਰ ਨੀ ਆਉਣ ਦੇ। ਜੈ ਮਾਤਾ ਦੀ। कभी बेड सोने के अलावा खेल का मैदान होता है। खाने की मेज पर खाने के अलावा अपनों का साथ होता है। इसीलिए तो हम कहते हैं कि एक मकान घर तब बनता है जब वो KS फर्नीचर से सजता है। रिश्तों की मिठास का एहसास KS फर्नीचर के साथ।